ਸਸ਼ਟਕਾਲ ਮਿਆ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ ਨਿਮਿਸ਼ਾ ਮਹਿਤਾ ਬੀਜੇਪੀ ਇੰਚਾਰਜ ਹਲਕਾ ਗੜਸ਼ੰਕ ਨੇ ਹਿਮਾਚਲ ਦੀ ਸਰਹੱਦ ਤੇ ਲੱਗੇ ਹੋਏ ਕ੍ਰੈਸ਼ਲਾਂ ਵੱਲੋਂ ਪਿੰਡ ਰਾਮਪੁਰ ਬਿਲੜੋ ਦੀਆਂ ਪਹਾੜੀਆਂ ਤੇ ਜੰਗਲ ਨੂੰ ਬਰਬਾਦ ਕਰਕੇ ਬਣਾਏ ਗਏ ਰਸਤੇ ਅਤੇ ਪੱਤਰਕਾਰਾਂ ਨੂੰ ਨਾਲ ਲੈ ਜਾ ਕੇ ਅਚਾਨਕ ਰੇਡ ਕਰਕੇ ਰਸਤੇ ਦੀ ਪੈਮਾਈਸ਼ ਕਰਨ ਉਪਰੰਤ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦਿਆ ਕਿਹਾ ਹੈ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਮਿਲ ਕੇ ਮਾਈਨਿੰਗ ਮਾਫੀਆ ਦੀ ਸਹੂਲਤ ਲਈ ਜੰਗਲ ਦਾ ਉਜਾੜਾ ਅਤੇ ਪਹਾੜਾ ਨੂੰ ਖਤਮ ਕਰ ਰਹੀਆਂ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਿੰਡ ਰਾਮਪੁਰ ਬਿਲੜੋਂ ਦੇ ਪਹਾੜ ਖਤਮ ਕਰਕੇ ਜੰਗਲ ਵਡਾ ਕੇ ਕਰੀਬ 30 ਫੁੱਟ ਚੌੜਾ ਰਸਤਾ ਟਰੱਕਾਂ ਟਰਪਰਾਂ ਦੇ ਲਾਂਘੇ ਲਈ ਤਿਆਰ ਕੀਤਾ ਗਿਆ ਹੈ। ਜਿਸ ਦੇ ਕਾਰਨ ਪਹਾੜਾ ਨੂੰ ਖਤਮ ਕਰਕੇ ਵਾਤਾਵਰਣ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਸਰਕਾਰ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਡਿਪਟੀ ਸਪੀਕਰ ਜੈ ਕੁਸ਼ਨ ਰੌੜੀ ਦੀ ਆਪਸੀ ਮਿਲੀ ਭਗਤ ਨਾਲ ਇੱਕ ਕਾਰੋਬਾਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਨੂੰ ਸੱਤਾ ਵਿੱਚ ਆਉਂਦੇ ਮਾਈਨਿੰਗ ਤੋਂ ਤਕਲੀਫਬੰਦ ਕਿਉਂ ਹੋ ਗਈ ਹੈ? ਜਿਸ ਨਜਾਇਜ਼ ਮਾਈਨਿੰਗ ਅਤੇ ਮਾਫੀਆ ਖਿਲਾਫ ਪਹਿਲਾਂ ਇਹ ਲੋਕ ਆਪ ਸਵਾਲ ਚੁੱਕਦੇ ਰਹੇ ਹਨ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨ ਤੰਗੜੀ ਦੀ ਰਿਪੋਰਟ ਦੇਖੋ ਜੀ ਇਹ ਇਹ ਇਲਾਕਾ ਗੜ ਸ਼ੰਕਰ ਦਾ ਬਿਰੋ ਰਾਮਪੁਰ ਪਿੰਡ ਹੈ ਤੁਸੀਂ ਦੇਖ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਰਸਤਾ ਹੈ ਜੰਗਲ ਵੱਢ ਕੇ ਔਰ ਪਹਾੜ ਜਿਹੜਾ ਕੱਟ ਕੇ ਇਹ ਰਸਤਾ ਬਣਾਇਆ ਹੈਗਾ ਇਹ ਬਿਲਕੁਲ ਨਾਜਾਇਜ਼ ਹੈ ਔਰ ਰੋਜ਼ ਇੱਥੇ ਸ਼ਿਕਾਰ ਹੁੰਦਾ ਇੱਥੇ ਕੋਈ ਪੁਲਿਸ ਦੀ ਚੈੱਕ ਪੋਸਟ ਨਹੀਂ ਹੈ ਇਹ ਜਿੱਦਾਂ ਹਿਮਾਚਲ ਨਾਲ ਜਾ ਕੇ ਕਨੈਕਟ ਹੁੰਦਾ ਤੜਾ ਤੜ ਨਸ਼ਾ ਜਿਹੜਾ ਸਾਡੇ ਇਲਾਕੇ ਦੇ ਵਿੱਚ ਆ ਰਿਹਾ ਹੈ ਕੋਈ ਚੈਕਿੰਗ ਨਹੀਂ ਹੈ ਇੱਥੇ ਪਹਿਲੀ ਗੱਲ ਦੂਸਰੀ ਗੱਲ ਇੱਥੇ ਸ਼ਿਕਾਰ ਹੁੰਦਾ ਹੈ ਪੇੜ ਜਿਹੜੇ ਕੱਟੇ ਜਾ ਰਹੇ ਦਰਖਤ ਕੱਟੇ ਜਾ ਰਹੇ ਬਕਾਇਦਾ ਉਹਦੀ ਵੀਡੀਓ ਵੀ ਆਪਾਂ ਤੁਹਾਨੂੰ ਦਿਖਾਈ ਹੈ ਔਰ ਰਸਤੇ ਦੀ ਪੈਮਾਈਸ਼ ਕੀਤੀ ਹੈ 35 ਫੁੱਟ ਕਿਤੇ 32 ਫੁੱਟ ਕਿਤੇ 31 ਫੁੱਟ ਰਸਤਾ ਜਿਹੜਾ ਕੱਢ ਲਿਆ ਗਿਆ ਹੈ ਜਿਹੜੇ ਦੇ ਪੌਦੇ ਆੜ ਦੇ ਵਿੱਚ ਇਹ ਰਸਤਾ ਲੈ ਗਿਆ ਸੀ ਉੱਥੇ ਰਸਤਾ ਜਿਹੜਾ ਸਿਰਫ 8.5 ਫੁੱਟ ਦਾ ਹੈਗਾ ਜਿਹੜਾ ਉੱਤੇ ਜਾ ਰਿਹਾ ਕੁਟੀਆਂ ਨੂੰ ਔਰ ਬਾਕੀ ਰਸਤਾ ਟਿਪਰਾਂ ਦੀ ਸਹੂਲਤ ਲਈ ਜਿਹੜੀ ਮਾਈਨਿੰਗ ਚੱਲਦੀ ਹੈ ਨੰਬਰ 2 ਦੀ ਉਹਦੇ ਟਿਪਰਾਂ ਦੇ ਲਾਂਘੇ ਵਾਸਤੇ ਜਿਹੜਾ ਇੱਥੇ ਇਹ ਰਸਤਾ 31 ਫੁੱਟ 32 ਫੁੱਟ ਜਿਹੜਾ ਜੰਗਲ ਨੂੰ ਬਰਬਾਦ ਕਰਦੇ ਹੋਏ ਪਹਾੜੀਆਂ ਨੂੰ ਖਾਂਦੇ ਹੋਏ ਜਿਹੜਾ ਮਾਈਨਿੰਗ ਮਾਫੀਆ ਵੱਲੋਂ ਬਣਾਇਆ ਗਿਆ ਔਰ ਨਹਿਰ ਦੀ ਸੜਕ ਜਿਹੜੀ ਉਹ ਯੂਜ਼ ਕੀਤੀ ਜਾਂਦੀ ਹੈ ਇਹ ਜਿਹੜੇ ਟਿਪਰ ਸਾਡੇ ਇਲਾਕੇ ਦੇ ਵਿੱਚ ਗੜਸ਼ੰਕਰ ਵਾਸੀਆਂ ਦੇ ਬਹੁਤ ਐਕਸੀਡੈਂਟ ਹੋ ਚੁੱਕੇ ਆ ਔਰ ਸੜਕ ਨੂੰ ਵੀ ਜਿਹੜਾ ਇਹਨਾਂ ਨੇ ਟੋਟਲੀ ਨੰਗਲ ਰੋਡ ਨੂੰ ਬਰਬਾਦ ਕੀਤਾ ਹੋਇਆ ਇਸੇ ਤਰੀਕੇ ਦੇ ਨਾਲ ਮਾਈਨਿੰਗ ਦੇ ਟਿਪਰਾਂ ਦੇ ਨਾਲ ਜੇਜੋ ਵਾਲੀ ਰੋਡ ਵੀ ਜਿਹੜੀ ਬਰਬਾਦ ਹੋਈ ਪਈ ਐ ਔਰ ਐਕਸੀਡੈਂਟਸ ਹੁੰਦੇ ਨੇ ਮੈਂ ਸਮਝਦੀ ਆ ਮਾਈਨਿੰਗ ਮਾਫੀਆ ਜਿਹੜਾ ਇਹਦੇ ਲਈ ਜ਼ਿੰਮੇਵਾਰ ਆ ਲੋਕਾਂ ਦੀ ਜਿਹੜੀ ਜਾਨ ਦੇ ਨਾਲ ਖਿਲਵਾੜ ਹੁੰਦਾ ਔਰ ਜਾਨਾਂ ਗਈਆਂ ਸੜਕ ਹਾਦਸਿਆਂ ਦੇ ਵਿੱਚ ਉਹਦੇ ਵਾਸਤੇ ਮਾਈਨਿੰਗ ਮਾਫੀਆ ਜ਼ਿੰਮੇਵਾਰ ਐ ਔਰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਜਿਸ ਦਿਨ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਜੈ ਕ੍ਰਿਸ਼ਨ ਰੋੜੀ ਸਾਹਿਬ ਨੂੰ ਮਾਈਨਿੰਗ ਦੇ ਨਾਮ ਤੇ ਸਭ ਸੰਗਿਆ ਹੈਗਾ ਇਹ ਬਿਲਕੁਲ ਬੋਲਦੇ ਨਹੀਂ ਪਹਿਲੇ ਰੋਲਾ ਪਾਉਂਦੇ ਹੁੰਦੇ ਸੀਗੇ ਅੱਜ ਨਾ ਇਹਨਾਂ ਨੂੰ ਚਾਹੀਦਾ ਸੀਗਾ ਕਿ ਆਪ ਮੁੱਖ ਮੰਤਰੀ ਸਾਹਿਬ ਕੋਲ ਜਾ ਕੇ ਭਗਵੰਤ ਜੀ ਨੂੰ ਕਹਿੰਦੇ ਕਿ ਇਹਦੀ ਇਨਕੁਆਰੀ ਚਾਲੂ ਕਰੋ ਕਿ ਕਿਸ ਤਰ੍ਹਾਂ ਜੰਗਲ ਦੇ ਵਿੱਚੋਂ ਰਸਤਾ ਜਿਹੜਾ ਉਹਦੀ ਪਰਮਿਸ਼ਨ ਦੇ ਦਿੱਤੀ ਗਈ ਕਿਸ ਤਰ੍ਹਾਂ ਜਿਹੜਾ ਇੱਥੇ ਟਿਪਰਾਂ ਦੇ ਲਾਂਘੇ ਵਾਸਤੇ ਜੰਗਲ ਨੂੰ ਵੱਢਿਆ ਗਿਆ ਪਰ ਅੱਜ ਇਹੋ ਜੇ ਕੋਈ ਕੋਈ ਗੱਲ ਨਹੀਂ ਕੀਤੀ ਜਾ ਰਹੀ ਇਹਨਾਂ ਨੂੰ ਸਬਸੋਂ ਗਿਆ ਔਰ ਨਾਲ ਇਲਾਕਾ ਪੈਂਦਾ ਡਿਪਟੀ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਜਿੱਥੇ ਕਾਂਗਰਸ ਕਾਂਗਰਸ ਦੀ ਜਿਹੜੀ ਸਰਕਾਰ ਹੈ ਮੁਕੇਸ਼ ਅਖਨੀ ਹੋਤਰੀ ਜੀ ਦਾ ਆਪਣਾ ਪਿੰਡ ਹੈ ਜਿੱਥੇ ਕ੍ਰਸ਼ਰ ਚੱਲਦੇ ਹੈਗੇ ਆ ਔਰ ਬਕਾਇਦਾ ਤੌਰ ਤੇ ਉੱਥੇ ਵੀ ਤੁਸੀਂ ਦੇਖਿਆ ਹੁਣੀ ਤੁਸੀਂ ਆਪ ਦੇਖ ਕੇ ਆਏ ਆ ਕਿ ਕਿੱਦਾਂ ਪੇੜ ਕੱਟੇ ਜਾ ਰਹੇ ਆ ਧੜਾ ਧੜਾ ਔਰ ਉਹਨਾਂ ਵਰਕਰਾਂ ਨੇ ਆਪ ਦੱਸਿਆ ਪੇੜ ਕੱਟਣ ਵਾਲਿਆਂ ਨੇ ਕਿ ਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਹੈ ਉਥੇ ਉਹ ਉਹਦੇ ਕੋਲ ਠੇਕਾ ਹੈ ਕਿਹੜਾ ਠੇਕਾ ਹੈ ਉਹਦੇ ਕੋਲ ਕਿ ਜਿਹੜਾ ਥਲਾ ਤੜ ਉਥੇ ਦਰਖਤ ਕੱਟੇ ਜਾ ਰਹੇ ਆ ਔਰ ਪਹਾੜ ਵੀ ਜਿਹੜੇ ਆ ਬੁਰੀ ਤਰ੍ਹਾਂ ਵੱਡੇ ਗਏ ਆ ਔਰ 40 40 ਫੁੱਟ ਤੱਕ ਵੀ ਰਸਤਾ ਜਿਹੜਾ ਉਥੇ ਕੱਢਿਆ ਗਿਆ ਇਹਦੀ ਅਸੀਂ ਉੱਚ ਪੱਧਰ ਤੇ ਕੋਖ ਕਰਾਵਾਂਗੇ ਔਰ ਭਾਰਤ ਸਰਕਾਰ ਤੱਕ ਇਹ ਮਸਲਾ ਜਿਹੜਾ ਲੈ ਕੇ ਜਾਇਆ ਜਾਏਗਾ ਕਿਉਂਕਿ ਇਨਕੁਆਰੀਆਂ ਦੇ ਵਿੱਚ ਜੋ ਮੇਰੀ ਨੌਲੇਜ ਹੈ ਬੜੀ ਹੀ ਬੁਰੀ ਤਰੀਕੇ ਦੇ ਨਾਲ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਧੂਲ ਚੋਕੀ ਜਾਂਦੀ ਹੈ ਫੈਕਟਸ ਹੀ ਗਲਤ ਜਿਹੜੇ ਉਥੇ ਪ੍ਰਦਾਨ ਕਰਾਏ ਜਾਂਦੇ ਆ ਇਨਕੁਆਰੀਆਂ ਦੇ ਵਿੱਚ ਔਰ ਅਫਸਰ ਹੀ ਜਾ ਕੇ ਜਿਹੜਾ ਖੜੇ ਹੁੰਦੇ ਕਚਹਿਰੀਆਂ ਦੇ ਵਿੱਚ ਗਲਤ ਪੇਮਾਇਸ਼ਾਂ ਗਲਤ ਫੈਕਟਸ ਦੇ ਕੇ ਉਥੇ ਜਿਹੜਾ ਕਾਨੂੰਨ ਦੇ ਨਾਲ ਔਰ ਸਰਕਾਰਾਂ ਦੇ ਨਾਲ ਧੋਖਾ ਕੀਤਾ ਜਾਂਦਾ ਇਹ ਧੋਖਾ ਨਹੀਂ ਹੋਣ ਦੇਾਂਗੇ ਗੜ ਸ਼ੰਕਰ ਦਾ ਜਿਹੜਾ ਵਾਤਾਵਰਣ ਗੜ ਸ਼ੰਕਰ ਦੀ ਜਿਹੜੀ ਪਹਾੜੀਆਂ ਇਹਦਾ ਜੰਗਲ ਇਹਦੇ ਜਿਹੜਾ ਸਾਡਾ ਜੰਗਲੀ ਜੀਵਨ ਹੈ ਉਹਨਾਂ ਦੇ ਨਾਲ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਸ਼ਿਕਾਰ ਇੱਥੇ ਕਿੱਢਿਆ ਜਾਂਦਾ ਨਸ਼ਾ ਜਿਹੜਾ ਤੜਾ ਤੜ ਜਾ ਰਿਹਾ ਡੇਲੀ ਇਹ ਅਸੀਂ ਕੰਮ ਨਹੀਂ ਹੋਣ ਦੇਵਾਂਗੇ ਔਰ ਮੈਂ ਸਮਝਦੀ ਆ ਪੁਲਿਸ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਕੀ ਹੈ ਜਿਹੜਾ ਹਲੇ ਤੱਕ ਇੱਥੇ ਕੋਈ ਚੈੱਕ ਪੋਸਟ ਨਹੀਂ ਲੱਗੀ ਕਿਉਂ ਇਸ ਰਸਤੇ ਨੂੰ ਖੁੱਲਾ ਛੱਡਿਆ ਗਿਆ ਸਾਨੂੰ ਇਹ ਵੀ ਜਵਾਬ ਚਾਹੀਦਾ ਹੈਗਾ ਬਿਲਕੁਲ ਜੀ ਬਿਲਕੁਲ ਮੈਂ ਕਹਿਣਾ ਚਾਹਨੀ ਆ ਕਿ ਉਧਰ ਕਾਂਗਰਸ ਪਾਰਟੀ ਜਿਹੜੀ ਇਧਰ ਆਮ ਆਦਮੀ ਪਾਰਟੀ ਦੋਨੋਂ ਸਰਕਾਰਾਂ ਦੀ ਮਿਲੀ ਭੁਗਤ ਦੋਨੋਂ ਜਿਹੜੇ ਹਲਕਾ ਵਿਧਾਇਕ ਨੇ ਚਾਹੇ ਉਧਰ ਜਿਹੜੇ ਡਿਪਟੀ ਮੁੱਖ ਮੰਤਰੀ ਮੁਕੇਸ਼ਕ ਨਿਹੋਤਰੀ ਤੇ ਚਾਹੇ ਇਧਰ ਜੈ ਕ੍ਰਿਸ਼ਨ ਰੋੜੀ ਸਾਹਿਬ ਇਹਨਾਂ ਦੀ ਚੁੱਪ ਇਹਨਾਂ ਦਾ ਇਸ ਮਸਲੇ ਦੇ ਉੱਤੇ ਸੱਤਾ ਦੇ ਵਿੱਚ ਆ ਕੇ ਨਾ ਬੋਲਣਾ ਕਿਉਂ ਕਿਉਂ ਜਿਹੜਾ ਜੰਗਲ ਪਹਾੜ ਕੱਟੇ ਗਏ ਔਰ ਜਿਹੜਾ ਜੰਗਲ ਕੱਟੇ ਗਏ ਤੜਾ ਤੜ ਦਰਖਤ ਕੱਟੇ ਗਏ ਇਹਦੇ ਉੱਤੇ ਨਾ ਬੋਲਣਾ এনਵਾਇਰਨਮੈਂਟ ਦੇ ਨਾਲ ਐਡਾ ਵੱਡਾ ਖਿਲਵਾੜ ਹੁੰਦਾ ਹੋਵੇ ਇਹਨਾਂ ਦੀ ਨੱਕ ਦੇ ਥੱਲੇ ਔਰ ਇਹ ਨਾ ਬੋਲਣ ਇਹ ਆਪਣੇ ਆਪ ਦੇ ਵਿੱਚ ਸਿੱਧ ਕਰਦਾ ਕਿ ਮਿਲੀ ਭੁਗਤ ਕਿਹਦੀ ਹੈ ਮੈਂ ਤਾਂ ਇਹੀ ਕਹਿਣਾ ਚਾਹਨੀ ਆ ਜੀ ਜਿਹੜਾ ਰਸਤਾ ਬਰਬਾਦ ਹੋ ਰਿਹਾ ਹੈਗਾ ਰਸਤੇ ਖਰਾਬ ਹੋ ਰਹੇ ਆ ਔਰ ਸਾਡੀਆਂ ਸੜਕਾਂ ਖਰਾਬ ਹੋ ਰਹੀਆਂ ਪਿੱਛੇ ਤੁਸੀਂ ਦੇਖਿਆ ਕਿ ਕਟੋ-ਕਟ ਨਹੀਂ ਤਾਂ 10 ਵਿਅਕਤੀਆਂ ਦੀ ਮੌਤ ਹੋ ਗਈ ਔਰ ਕਿਸੇ ਦੀਆਂ ਲੱਤਾਂ ਟੁੱਟ ਗਈਆਂ ਕੋਈ ਟਿਪਰ ਥੱਲੇ ਆ ਗਿਆ ਕੁਚਲਿਆ ਗਿਆ ਇਹ ਸਾਰਾ ਦਾ ਸਾਰਾ ਮਾਈਨਿੰਗ ਮਾਫੀਆ ਦਾ ਰੋਲ ਹੈ ਔਰ ਮਾਈਨਿੰਗ ਮਾਫੀਆ ਦੇ ਨੱਥ ਪਾਉਣ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਆਜ ਆਮ ਆਦਮੀ ਪਾਰਟੀ ਦੀ ਸਰਕਾਰ ਬਨ ਲੋ ਕਿਉਂ ਅੱਜ ਮੈਂ ਇਹ ਵੀ ਪੁੱਛਣਾ ਚਾਹਨੀ ਆ ਜਿਹੜੇ ਡਿਪਟੀ ਸਪੀਕਰ ਨੇ ਪੰਜਾਬ ਦੇ ਵੀ ਤੁਸੀਂ ਤਾਂ ਬੜੀਆਂ ਭਾਂਗਾ ਦਿੰਦੇ ਸੀਗੇ ਸ੍ਰੀ ਜਾਂ ਤੋਂ ਵੀ ਮੈਨੂੰ ਤਾਂ ਕਿਸੇ ਕਾਰ ਦੀ ਲੋੜ ਨਹੀਂ ਤੇ ਅੱਜ ਮੇਰੇ ਵੀਰ ਜੋ ਲੋਕ ਦੱਸਦੇ ਨੇ 10-10 ਗੱਡੀਆਂ ਉਹ ਕਿਹਦੇ ਕਿਹਦੇ ਨਾਮ ਤੇ ਨੇ ਇਹ ਵੀ ਦੱਸ ਦਿਓ ਵੀ 10-10 ਗੱਡੀਆਂ ਤੁਹਾਡੇ ਘਰ ਦੇ ਅੰਦਰ ਖੜੀਆਂ ਅੱਜ ਜਿਹੜਾ ਤੁਹਾਡਾ ਪੀਏ ਕਰਜਈ ਸੀ ਤੈਨੂੰ ਟੋਪਾ ਟੋਪਾ ਕਰਕੇ ਲੋਕੀ ਕਹਿੰਦੇ ਸਿਰ ਤੇ ਟੋਪਾ ਲੈ ਕੇ ਰੱਖਦਾ ਅੱਜ ਉਹ ਵੀ ਨਵੀਂ ਗੱਡੀ ਲੈ ਕੇ ਘੁੰਮ ਰਿਹਾ ਸੱਤਾ ਆਉਣ ਤੋਂ 6 ਮਹੀਨੇ ਪਹਿਲੇ ਤੱਕ ਲੋਕੀਓ ਦਾ ਜਲੂਸ ਕੱਢ ਰਹੇ ਸੀਗੇ ਵੀ ਉਹਦੇ ਕੋਲ ਜਿਹੜਾ 5-5000 ਵੀ ਜਿਹੜਾ ਲੋਕਾਂ ਦਾ ਦੇਣ ਨੂੰ ਪੈਸੇ ਵਾਪਸ ਹੈ ਨਹੀਂ ਤੇ ਅੱਜ ਉਹ ਨਵੀਂ ਗੱਡੀ ਝੂਟਦਾ ਹੈ ਇਹ ਪਤਾ ਲੱਗੇ ਵੀ ਆਮ ਆਦਮੀ ਪਾਰਟੀ ਕੋਲ ਕਿਹੜਾ ਇਹੋ ਜਿਹਾ ਜਾਦੂ ਹੈ ਜਿਹਦੇ ਨਾਲ ਜਿਹੜਾ ਪੀਏ ਵੀ ਜਿਹੜੇ ਆ ਉਹ ਵਧੀਆ ਲਗਜ਼ਰੀ ਕਾਰਾਂ 'ਚ ਘੁੰਮਣ ਲੱਗ ਜਾਂਦੇ ਆ ਦੇਖੋ ਜੀ ਮੈਂ ਇਸ ਮਸਲੇ ਤੇ ਇਹ ਕਹਿਣਾ ਚਾਹਨੀ ਆ ਕਿ ਜਿਹੜੀਆਂ ਇਨਕੁਆਰੀਆਂ ਹੁੰਦੀਆਂ ਉਹਨਾਂ ਇਨਕੁਆਰੀਆਂ ਦੇ ਵਿੱਚ ਗਲਤ ਤੱਥ ਜਿਹੜੇ ਆ ਉਹ ਪੇਸ਼ ਕੀਤੇ ਜਾਂਦੇ ਆ ਔਰ ਮੈਂ ਇਹ ਕਹਿਣਾ ਚਾਹਨੀ ਕਿ ਇਥੇ ਅੱਜ ਫਿੱਤਾ ਲਿਆ ਕੇ ਪੈਮਾਇਸ਼ ਕਰਨ ਦਾ ਕਾਰਨ ਇਹ ਸੀ ਕਿ ਅਸੀਂ ਜਨਤਕ ਕਰਨਾ ਚਾਹੁੰਦੇ ਹਾਂ ਕਿ ਐਨੇ ਐਨੇ ਫੁੱਟ ਰਸਤਾ ਜਿਹੜਾ ਇਹ ਲਿਆ ਗਿਆ ਹੈਗਾ ਔਰ ਬਕਾਇਦਾ ਤੌਰ ਤੇ ਅਸੀਂ ਇਹਨੂੰ ਉੱਪਰਲੇ ਲੈਵਲ ਤੱਕ ਜਾਂਚ ਨੂੰ ਲੈ ਕੇ ਜਾਵਾਂਗੇ ਪਹਿਲੇ ਪੰਜਾਬ ਸਰਕਾਰ ਨੂੰ ਕਵਾਂਗੇ ਕਿਉਂਕਿ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਬੜੇ ਦਾਅਵੇ ਕਰਦੇ ਆ ਕਿ ਅਸੀਂ ਜਿਹੜੇ ਆ ਗਲਤ ਚੀਜ਼ਾਂ ਦੇ ਖਿਲਾਫ ਆ ਪਹਿਲੇ ਦੇਖਦੇ ਆ ਕਿ ਮੁੱਖ ਮੰਤਰੀ ਸਾਹਿਬ ਆਪ ਕੀ ਕਰਦੇ ਆ ਉਸ ਤੋਂ ਬਾਅਦ ਗਵਰਨਰ ਸਾਹਿਬ بیٹھے ਨਹੀਂ ਤਾਂ ਫਿਰ ਅਸੀਂ ਸੈਂਟਰ ਸਰਕਾਰ ਦਾ ਜਾ ਕੇ ਜਿਹੜਾ ਅਜੇ ਗਵਰਨਰ ਸਾਹਿਬ ਦੀ ਸੁਣਾਈ ਇਹਨਾਂ ਦੀ ਸਰਕਾਰ ਨਹੀਂ ਕਰੇਗੀ ਤਾਂ ਫਿਰ ਅਸੀਂ ਜਾ ਕੇ ਜਿਹੜਾ ਉੱਪਰ ਸੈਂਟਰ ਗਵਰਨਮੈਂਟ ਦੇ ਕੋਲ ਜਿਹੜਾ ਭਾਰਤ ਸਰਕਾਰ ਦੇ ਕੋਲ এনਵਾਇਰਨਮੈਂਟ ਮਿਨਿਸਟਰ ਪਿੰਦਰ ਯਾਦਵ ਜੀ ਦੇ ਕੋਲ ਪਹਿਲੇ ਮੇਸ਼ਾ ਮ ਜਿਹੜਾ ਗੈਰ ਕਾਨੂੰਨੀ ਧੰਦਾ ਮਾਈਨਿੰਗ ਮਾਫੀਆ ਦਾ ਇਹ ਬੰਦ ਕਰਾਵਾਂਗੇ ਸਾਡੇ ਹਲਕੇ ਦੇ ਵਾਤਾਵਰਣ ਦੇ ਨਾਲ ਅਸੀਂ ਖੇਲਵਾੜ ਨਹੀਂ ਹੁੰਦਿਆਂਗੇ